ਰਾ ਤੈਨੂੰ ਤੋੜਨਾ ਏ ਮੈਂ ਉਹ ਮੈਂ ਤੇ ਦਈ ਕਹਿੰਦੇ ਕਿ ਡਿਸ਼ਨ ਹੋ ਰਹਾ ਮੈਂ ਕਿ ਚਲوں ਮੈਂ ਇਦਾਂ ਹੀ ਚਲੀ ਗਈ ਮੇਰੇ ਸਾਰੇ ਟੀਚਰ ਚਿਲ ਪ੍ਰਸਾਨ ਨਹੀਂ ਉਹ ਮੇਰੇ ਸਕੂਲ ਪਰਦੀ ਨਹੀਂ ਮੈਂ ਸਕੂਲੋਂ ਚਲੀ ਗਈ ਮੇਰੇ ਘਰ ਦੇ ਨੂੰ ਨਹੀਂ ਪਤਾ ਕਿ ਛੇ ਨਾ ਗਈ ਆ ਤੇ ਉਹਦਾ ਮੈਂ ਟੀਵੀ ਵਿੱਚ ਜਾਏ ਮੇਰੇ ਘਰ ਦੇ ਨੂੰ ਬਦਲ ਲੱਗ ਕਿ ਤੂੰ ਹਰ ਤੇ ਚੋਰੀ ਚਲੀ ਗਈ മാടാ <laughs> മോട്ടാ ਕਰ ਲੈਨੀਆ ਕੋਸ਼ਿਸ਼ ਕਰਦੀ ਆ ਬਹੁਤ ਜ਼ਿਆਦਾ ਮਮਾ ਦੇ ਮੇਰੇ ਇਸ ਤਰ੍ਹਾਂ ਡੈਥ ਹੋ ਗਈ ਇਹਨਾਂ ਦੀ ਕਿ ਉਹ ਇਸ ਤਰ੍ਹਾਂ ਬਿਮਾਰ ਬਨੂ ਰਹੇਗੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਾ ਅਟੈਕ ਹੋ ਗਿਆ ਇਸ ਤਰ੍ਹਾਂ ਹੋ ਗਿਆ ਜਦੋਂ ਮਾਂ ਮੇਰੀ ਮੈਥੋ ਦੂਰ ਹੋਈ ਮੇਰੀ ਰੂਹ ਸੂਰ ਚੂਰ ਚੂਰ ਹੋਈ ਜਦੋਂ ਮਾਂ ਮੇਰੀ ਮੈਥੋ ਦੂਰ ਹੋਈ ਮੇਰੀ ਰੂਹ ਸੀ ਚੁਰ ਚੁਰ ਹੋਈ ਨਾ ਪਿਆਰ ਮਿਲੇ ਮਾਂ ਵਰਗਾ ਨਾ ਪਿਆਰ ਮਿਲੇ ਮਾਂ ਵਰਗਾ ਠੰਡੀਆਂ ਛਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਕੁਝ ਮਵੀ ਇਤਨਾ ਮੈਨੂੰ ਸ਼ੌਂਕ ਹੈ ਜੀ ਦ ਫਿੰਗਰ ਗਾਣੇ ਬੋਲਦੇ ਆ ਇਹਦਾ ਮੈਨੂੰ ਵੀ ਸ਼ੌਂਕ ਹੈਗਾ ਗਉਣ ਦਾ ਕਿ ਮੈਂ ਵੀ ਗਾਵਾਂ ਫਸਲੇ ਭਾਈ ਨੇ ਆਏ ਕਹਿਣਾ ਚਾਹੁੰਨੀ ਆ ਕਿ ਤੁਹਾਨੂੰ ਮੇਰੇ ਨਾਲ ਫਿਰ ਜੂ ਚੁੰਨੀ ਆ ਕਿ ਤੁਸੀਂ ਮੇਰੇ ਭੈਣ ਕਿਹਾ ਭੈਣ ਦਾ ਫਰਜ਼ ਜ਼ਰੂਰ ਨਿਭਾਓ ਸਸ਼ਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਅੱਜ ਅਸੀਂ ਤੁਹਾਨੂੰ ਜਿਸ ਭੈਣ ਦੇ ਨਾਲ ਮਿਲਾਨ ਜਾ ਰਹੇ ਹਾਂ ਅਕਸਰ ਤੁਸੀਂ ਗਾਇਕੀ ਤਾਂ ਬੜਿਆਂ ਦੀ ਸੁਣੀ ਹੋਊਗੀ ਪਰ ਜਿਸ ਭੈਣ ਨਾਲ ਅੱਜ ਤੁਹਾਨੂੰ ਮਿਲਾਨ ਜਾ ਰਹੇ ਹਾਂ ਹਾਲਾਕਿ ਰੱਬ ਵੱਲੋਂ ਇੱਕ ਮਾਰ ਜ਼ਰੂਰ ਹੈ ਉਸ ਨੂੰ ਭਈ ਕਿ ਨੇਤਰਹੀਣ ਹੈ ਪਰ ਆਵਾਜ਼ ਦੀ ਗੱਲ ਕਰੀਏ ਤਾਂ ਆਵਾਜ਼ ਜੋ ਹੈ ਵੱਡੇ ਵੱਡੇ ਜੋ ਕਹਿ ਸਕਦੇ ਕਿ ਜੋ ਗਾਇਕ ਕਰਨੇ ਉਸ ਭੈਣ ਦੀ ਆਵਾਜ਼ ਦੇ ਮਰੀਦ ਨੇ ਉਸ ਭੈਣ ਦੀ ਆਵਾਜ਼ ਦੇ ਫੈਨ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸ਼ਹਿਨਾਜ਼ ਦੀ ਸ਼ਹਿਨਾਜ਼ ਜੋ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਜੀ ਸ਼ਹਿਨਾਜ਼ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗਬਾਨੀ ਟੀਵੀ ਤੇ ਜੀ ਐ ਭਾਜੀ ਸਤਿ ਸ਼੍ਰੀ ਅਕਾਲ ਸ਼ੈਨਾਜ਼ ਹੁਣ ਤੱਕ ਤੁਸੀਂ ਕਿੱਥੇ ਕਿੱਥੇ ਗਾ ਚੁੱਕੇ ਹੋ ਤਾਂ ਕਿੰਨਾ ਸਮਾਂ ਹੋ ਚੁੱਕਿਆ ਤੁਹਾਨੂੰ ਇਸ ਗਾਇਕੀ ਦੀ ਫੀਲਡ ਦੇ ਵਿੱਚ ਮੈਨੂੰ ਸਮਾਂ ਭਾਜੀ ਹੋ ਚੱਲੇ ਕੜ ਦੇ ਕੜ 7-8 ਸਾਲ ਤੇ ਹੋ ਚੱਲੇ ਆਪਾਂ ਨੂੰ ਗਾਉਂਦਿਆਂ ਨੂੰ ਤੇ ਸ਼ੈਨਾਜ਼ ਸਭ ਤੋਂ ਪਹਿਲਾਂ ਤਾਂ ਕੋਈ ਗੀਤ ਜ਼ਰੂਰ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਵੀ ਤੁਹਾਡੀ ਬਾਤ ਸੁਣ ਸਕਣ ਕੋਈ ਗੀਤ ਸੁਣਾਓ ਜੀ ਜ਼ਰੂਰ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੇਂਦੀਆ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੇਂਦੀਆ ਹੋ ਨੇ ਮੇਰੀ ਜ਼ਿੰਦਗੀ ਚ ਵਾੜੇ ਨਾ ਐ ਮੈਂ ਓਏ ਅੰਮੀ ਮੇਰੀ ਆਹ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓਏ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕਲ ਰੈਂਦਿਆ ਹੋ ਨੇ ਮੇਰੀ ਜ਼ਿੰਦਗੀ ਚ ਮਾੜੇ ਨਾ ਏ ਮੈਂ ਸ਼ਹਿਨਾਜ਼ ਸਭ ਤੋਂ ਪਹਿਲਾਂ ਤਾਂ ਆਵਾਜ਼ ਤਾਂ ਤੁਹਾਡੀ ਬਹੁਤ ਵਧੀਆ ਤੇ ਦਰਸ਼ਕਾਂ ਨੂੰ ਇੱਕ ਚੀਜ਼ ਦੇ ਵੀ ਦੱਸ ਦੇ ਕਿ ਸ਼ਹਿਨਾਜ਼ ਜੋ ਨੇ ਵੌਇਸ ਆਫ ਪੰਜਾਬ ਤੱਕ ਵੀ ਹੋ ਚੁੱਕੇ ਨੇ ਸੀਜ਼ਨ 4 ਦੇ ਵਿੱਚ ਗਏ ਸਨ ਤੇ ਮਾਸਟਰ ਸਲੀਮ ਵੱਲੋਂ ਵੀ ਇਹਨਾਂ ਨੂੰ ਜਿਹੜਾ ਜੋ ਸਨਮਾਨ ਇਹਨਾਂ ਨੂੰ ਕੀਤਾ ਗਿਆ ਸੀ ਕਿਤੇ ਜਦੋਂ ਤੁਸੀਂ ਵੌਇਸ ਆਫ ਪੰਜਾਬ ਗਏ ਸੀਗੇ ਕਿਵੇਂ ਤੁਹਾਨੂੰ ਟਿਕਟ ਮਿਲੀ ਵੌਇਸ ਆਫ ਪੰਜਾਬ ਦੀ ਤਾਂ ਕਿਵੇਂ ਉਹ ਸਫ਼ਰ ਦਾ ਜ਼ਰੂਰ ਇੱਕ ਵਾਰੀ ਜ਼ਿਕਰ ਕਰੋ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਮੈਂ ਮਾਸਟਰ ਸਲੀਮ ਨੂੰ ਵੀ ਅੱਜ ਮਿਲਣਾ ਹੈ ਕੂ ਮੈਂ ਤੇ ਇਦਾਂ ਹੀ ਕਹਿੰਦੇ ਕਿ ਡਿਸ਼ਨ ਹੋ ਰਿਹਾ ਹੈ ਆ ਮਗਾ ਚਲੋ ਮੈਂ ਇੱਧੇ ਚਲੀ ਗਈ ਮੇਰੇ ਸਾਰੇ ਟੀਚਰ ਚਲ ਨਹੀਂ ਸਾਰਨੀ ਉਹ ਮੇਰੇ ਸਕੂਲ ਪੜਦੀ ਨਹੀਂ ਮੈਂ ਸਕੂਲੋਂ ਚਲੀ ਗਈ ਮੇਰੇ ਘਰ ਦੇ ਨੂੰ ਵੀ ਪਤਾ ਕਿ ਛੇ ਨਾ ਗਈ ਆ ਤੇ ਉਹਦਾ ਮੈਂ ਟੀਵੀ 'ਚ ਜਾ ਹੀ ਫਿਰ ਮੇਰੇ ਘਰ ਦੇ ਨੂੰ ਪਤਾ ਲੱਗ ਕਿ ਤੂੰ ਹਰਦਾ ਚੋਰੀ ਚਲੀ ਗਈ ਮਗਾ ਹਾਂਜੀ ਫੇਰ ਉਹਨਾਂ ਨਾਲ ਫੇਰ ਉਹਨਾਂ ਨੂੰ ਟੀਵੀ ਤੋਂ ਵੀ ਵਿਜੀਬਲ ਪਤਾ ਲੱਗਾ ਫੇਰ ਮੈਂ ਸ਼ਾਇਗੀ ਫੇਰ ਸਾਹਮਣੇ ਪਤਾ ਲੱਗਾ ਮੈਨੂੰ ਇਹਨਾਂ ਨੇ ਪਤਾ ਕਿ ਸਲੀਮ ਨੂੰ ਮਿਲ ਨਹੀਂ ਮਿਲ ਸਕਦੀਆਂ ਤੇ ਫਿਰ ਉਹ ਫੇਰ ਮੈਂ ਇਦਾਂ ਫੇਰ ਉਹਨਾਂ ਨੂੰ ਸਚਿੰਦਰੀ ਨੂੰ ਮਿਲ ਸਲੀਮ ਨੂੰ ਮਿਲ ਨਿਲਮ ਸਿੱਧੂ ਨੂੰ ਮਿਲੀ ਫੇਰ ਫੋਰਚ ਵਿੱਚ ਮੈਂ ਗਈ ਹੋਈ ਹਾਂ ਤੇ ਫਿਰ ਉਹਨਾਂ ਨੇ ਵੀਰ ਕੀ ਉਹਨਾਂ ਨੇ ਇਹ ਉਹਨਾਂ ਨੇ ਫਿਰ ਮੈਨੂੰ ਸੱਗਣ ਪਾਇਆ 2000 ਦੇ ਯਾਰ ਮੈਨੂੰ ਸਲੀਮ ਨੇ ਦਿੱਤਾ ਯਾਰ ਮੈਨੂੰ ਸਚੇ ਨੇ ਦਿੱਤਾ ਕਹਿੰਦੇ ਤੁਹਾਡੀ ਭੈਣ ਹੈ ਛੋਟੀ ਜੀ ਮੈਂ ਵੀ ਇਹਨਾਂ ਨੇ ਫਿਰ ਕਿਹਾ ਤੁਸੀਂ ਮੇਰੇ ਭਰਾ ਜੀ ਜੇ ਤੁਸੀਂ ਭੈਣ ਕਹਿ ਰਹੇ ਹੋ ਫਿਰ ਮੈਂ ਵੀ ਮੂੰਹ ਬੋਲੀ ਭੈਣ ਕਹਿ ਰਹੀ ਸ਼ਨਾਜ਼ ਅ ਅਗਰ ਤੁਹਾਡੇ ਜੀਵਨ ਦੀ ਗੱਲ ਕਰ ਲਈਏ ਤਾਂ ਕਿੰਨੀ ਪੜ੍ਹਾਈ ਕੀਤੀ ਤੁਸੀਂ ਕਿਉਂਕਿ ਜੇ ਗੱਲ ਕਰ ਲਈਏ ਤਾਂ ਰੱਬਾ ਨਾਲ ਜ਼ਰੂਰ ਇੱਕ ਮਾਰਿਆ ਕਿ ਨੇਤਰਹੀਣ ਹੋ ਕਿਉਂਕਿ ਪੜ੍ਹਨ ਦੇ ਵਿੱਚ ਵੀ ਦਿੱਕਤ ਆਂਦੀ ਹੋਊਗੀ ਜਾਂ ਗਾਇਕੀ ਦੇ ਵਿੱਚ ਵੀ ਕੋਈ ਨਾ ਕੋਈ ਦਿੱਕਤ ਆਂਦੀ ਹੋਊਗੀ ਜ਼ਰੂਰ ਇਸ ਬਾਰੇ ਵੀ ਦੱਸੋ ਦਿੱਕਤ ਤਾਂ ਬਹੁਤ ਆਂਦੀ ਫਾਜੀ ਮੈਨੂੰ ਬਹੁਤ ਜ਼ਿਆਦਾ ਫਿਰ ਵੀ ਮੈਂ ਆਪਣਾ ਮਾਣਾ ਮੋਟਾ ਕਰ ਲੈਣੀ ਹੈ ਕੋਸ਼ਿਸ਼ ਕਰਦੀ ਆ ਬਹੁਤ ਜ਼ਿਆਦਾ ਤੇ ਸ਼ਨਾਜ਼ ਅ ਤੁਹਾਡੀ ਫੈਮਿਲੀ ਚ ਕੌਣ ਕੌਣ ਹੈਗਾ ਕੌਣ ਕੌਣ ਰਹਿੰਦਾ ਤੁਹਾਡੀ ਫੈਮਿਲੀ ਮੇਰੀ ਫੈਮਿਲੀ ਚ ਚਾਰ ਭੈਣਾਂ ਆ ਤੇ ਇੱਕ ਮੇਰਾ ਛੋਡਾ ਹੈ ਭਰਾ ਆ ਤੇ ਇੱਕ ਮੇਰੇ ਪਾਪਾ ਜੀ ਨਹੀਂ ਜੋ ਮਾਤਾ ਜੀ ਤੁਹਾਡੇ ਅਕਸਰ ਜੇ ਗੱਲ ਕਰ ਲਈਏ ਕਿ ਮਾਤਾ ਦਾ ਬਹੁ ਵੱਡਾ ਹੱਥ ਹੁੰਦਾ ਬੱਚੇ ਦੇ ਨਾਲ ਮਾਂ ਦਾ ਬਹੁਤ ਵੱਡਾ ਹੱਥ ਹੁੰਦਾ ਤਾਂ ਉਹਨਾਂ ਉਹਨਾਂ ਨੂੰ ਲੈ ਕੇ ਕੋਈ ਗੀਤ ਕੋਈ ਕੋਈ ਬਣਾਇਆ ਹੋਵੇ ਤੁਸੀਂ ਜਾਂ ਕੁਝ ਸੁਣਾਉਣਾ ਚਾਹੋ ਜਿਉ ਮਮਾ ਦੀ ਮੇਰੇ ਇਸ ਤਰ੍ਹਾਂ ਡੈਥ ਹੋ ਗਈ ਇਹਨਾਂ ਦੀ ਉਹ ਇਸ ਤਰ੍ਹਾਂ ਬਿਮਾਰ ਬਮੋਰ ਹੈ ਗਈ ਤੇ ਉਹਨਾਂ ਨੂੰ ਪਤਾ ਲੱਗਾ ਅਟੈਕ ਹੋ ਗਿਆ ਇਸ ਤਰ੍ਹਾਂ ਹੋ ਗਿਆ ਕਿੰਨਾ ਕਿੰਨਾ ਸਮਾਂ ਹੋ ਗਿਆ ਦਿੱਤ ਹੋਏ ਨੂੰ ਉਹਨਾਂ ਨੇ ਕਰਜ ਕਰ ਪੰਜ 6 ਸਾਲ ਦਾ ਹੋ ਚੱਲੀ ਹੈ ਮਾਦ ਉੱਤੇ ਕੋਈ ਗੀਤ ਕੋਈ ਸੁਣਾਣਾ ਚਾਹੋ ਜਿਹੜੇ ਦਰਸ਼ਕ ਦੇਖ ਰਹੇ ਨੇ ਜੀ ਜ਼ਰੂਰ ਜੇ ਸੂਰਜ ਦੀ ਆਕਿਰਣਾ

ਜਦੋਂ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਹ ਸੀ ਚੂਰ ਚੂਰ ਹੋਈ ਜਦੋਂ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਹ ਸੀ ਚੂਰ ਚੂਰ ਹੋਈ ਨਾ ਪਿਆਰ ਮਿਲੇ ਮਾਂ ਵਰਗਾ ਨਾ ਪਿਆਰ ਮਿਲੇ ਮਾਂ ਵਰਗਾ ਠੰਡੀਆਂ ਸ਼ਾਮਾਂ ਹੁੰਦੀਆਂ ਨੇ ਲਖੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਲਖੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ 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 जद चोट कोई मैनू लग दी सी मेरी मां दिखर हिलद सी कद पुत पुते आख बलो द सी फुले वांगर चेरा खिलद सी कद पुत पुते आख वलो दी फुल वांगर चे रखिल जिस था ते मां ना दिसदी ਜਿਸਾ ਥਾ ਤੇਵਾ ਨ ਦਿਸਦੀ ਅਸਨੀਆਂ ਥਾਵਾ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਮਾਵਾ ਮਾਵਾ ਹੁੰਦੀਆਂ ਨੇ ਕਿੰਨੇ ਲੈ ਕੇ ਚਾਹਤੀਆਂ ਤਆਂ ਲੱਖ ਵੀ ਹੁਣ ਮਾਂ ਹੋਰਾਂ ਪਿਆਰ ਕਿਸੇ ਨੂੰ ਨਹੀਂ ਮਿਲਦਾ। ਜਨਾਬ ਮਾਂ ਦੀ ਯਾਦ ਆਉਂਦੀ ਹੈ। ਬਹੁਤ ਜ਼ਿਆਦਾ। ਜਨਾਬ ਜਿੰਦਗੀ ਦਾ ਸੁਪਨਾ ਕੀ ਆ ਕੀ ਕਰਨਾ ਚਾਹੁੰਦੇ ਹੋ ਕਿੱਥੋਂ ਤੱਕ ਜਾਣਾ ਚਾਹੁੰਦੇ ਹੋ? ਮੈਨੂੰ ਹੈ ਬਸ ਸਪੋਰਟ ਚਾਹੀਦੀ ਮੈਂ ਸਿੰਗਰ ਬਣਾ ਵੱਡੀ ਸਟਾਰ ਬਣਾ ਮੈਂ ਦੁਨੀਆ ਦੇ ਨਾਮ ਰੋਸ਼ਨ ਕਰਾਂ। ਕਿੰਦਾਂ ਮੇਰਾ ਗਾਣਾ ਨਿਕਲਿਆ ਕਿੰਨੀ ਦੁਨੀਆ ਖੋਪੀ ਕਿੰਨੀ ਫੈਮਿਲੀ ਖੁਸ਼ ਹੋਈ ਆ। ਮੇਰੇ ਘਰ ਦੇ ਬੜਾ ਖੁਸ਼ ਹੋਇਆ ਇਹ ਵਿਸ਼ੇ ਨਾਲ ਇਤਰਾ ਗਾਣਾ ਹਲੇ ਇੱਕ ਹੀ ਗਾਣਾ ਹੈ ਜੇ ਮਾਂ ਪ੍ਰਮਾਤਮਾ ਨੇ ਸੁਣ ਲਈ ਹੋਰ ਵੀ ਗੀਤ ਕਿਤੇ ਗਾਣੇ ਹੋਰ ਵੀ ਮੇਰੇ ਬਣ ਗਏ ਹੋਰ ਵੀ ਕਿੰਨਾ ਦੁਨੀਆਂ ਨੇ ਖੁਸ਼ ਹੋਣਾ ਮੇਰੀ ਇਹੋ ਖਵਾਇਸ਼ ਹੈਗੀ ਆ ਕਿ ਮੈਂ ਇਸ ਦੁਨੀਆ ਨੂੰ ਆਪਣੇ ਕੁਛ ਬਣ ਕੇ ਵਹੋਣਾ ਚਾਹੁੰਨੀ ਆ ਤੇ ਕੁਝ ਮੈਨੂੰ ਵੀ ਇਤਨਾ ਮੈਨੂੰ ਸ਼ੌਂਕ ਹੈ ਜੀ ਦ ਫਿੰਗਰ ਗਾਣੇ ਬੋਲਦੇ ਆ ਇਹਦਾ ਮੈਨੂੰ ਵੀ ਸ਼ੌਂਕ ਹੈਗਾ ਗੋਣ ਦਾ ਕਿ ਮੈਂ ਵੀ ਗਾਵਾਂ ਇਤਰਾ ਦੀਸਾ ਕਰਦੇ ਆ ਸਾਰੇ ਸਿੰਗਰ ਬੜਾ ਮਾਸ਼ੀਆਲੀ ਹੋਰੀ ਕਰਦੇ ਆ ਖਾਨ ਸਾਹ ਹੋਰੀ ਸਾਰੇ ਜਿੰਨੇ ਵੀ ਆ ਫਰੋਜ਼ ਖਾਨ ਹੋਰੀ ਮੈਨੂੰ ਵੀ ਬੜਾ ਸ਼ੌਂਕ ਹੈਗਾ ਆ ਕਿ ਮੇਰੀ ਵੀ ਮਦਦ ਇਦਾਂ ਕੀਤੀ ਜਾਵੇ ਮੈਂ ਵੀ ਗਾ ਸਕਾਂ ਸ਼ਨਾਜ਼ ਅਗਰ ਕੋਈ ਸਿੰਗਰ ਤੁਹਾਨੂੰ ਵੇਖਦਾ ਹੋਏ ਸਾਡੇ ਚੈਨਲ ਤੋਂ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੋਈ ਅਗਰ ਸਿੰਗਰ ਤੁਹਾਨੂੰ ਦੇਖਦਾ ਹੋਵੇ ਜੀ ਮੁਸਲਿਮ ਭਾਈ ਨੇ ਇਹ ਕਹਿਣਾ ਚਾਹੁੰਨੀ ਆ ਕਿ ਤੁਹਾਨੂੰ ਮੇਂ ਮਿਲਣਾ ਫਿਰ ਚਾਹੁੰਨੀ ਆ ਕਿ ਤੁਸੀਂ ਮੇਰੇ ਭੈਣ ਕਿਹਾ ਭੈਣ ਦਾ ਫਰਜ਼ ਜ਼ਰੂਰ ਨਿਭਾਓ ਗੋਣਾ ਲਿਖ ਦੇਵੀਓ ਤੁਸੀਂ ਜਿਓ ਲਿਖਿਆ ਹੈ ਮੇਰੇ ਸਾਰਨੇ ਮੈਨੂੰ ਗਾਣਾ ਦਿੱਤਾ ਆ ਉਹ ਮੈਂ ਲੈ ਕਰਨਾ ਆ ਤੇ ਕੋਈ ਹੋਰ ਗਾਣਾ ਕੋਈ ਸੁਣਾਣਾ ਚਾਹੋ ਜੀ ਜ਼ਰੂਰ ਹੋਰ ਵੀ ਗਾ ਦਿੰਦੇ ਆ ਕੋਈ ਨਾ ਮੇਰਾ ਕਸੂਰ ਤੇ ਦੱਸ ਦੇ क्यों हो या दूर ते दस दे मेरा कसूर ते दस दे क्यों हो या दूर ते दस दे बदल गया है तू सच ही के मैनू ही है बदल गया है तू सचमुची कैनू ही, ही सता है ਮੇਰੇ ਮਰਨੇ ਤੇ ਰੋਂਵੇਂਗਾ ਵੇ ਜੋਂਦੇ ਨੋ ਰਵਨਾਏ ਮੇਰੇ ਮਰਨੇ ਤੇ ਰੋਂਵੇਂਗਾ ਵੇ ਜੋਂਦੇ ਨੋ ਰਵਨਾਏ ਮੈਂ ਹੀ ਜਾਣਾਂ ਜァ ਰੱਬ ਜਾਣੇ ਤੈਨੂੰ ਕਿਨਹ ਚੋਨੀਆ ਦਵਾ ਮਾਂ ਮੰਗਦੀ ਲੁਕ ਲੁਕ ਕੇ ਵੇ ਤੈਨੂੰ ਨਾਸ ਤੋਂ ਨੀਆ ਮੈਂ ਕੀ ਜਾਣਾਂ ਜਰਬ ਜਾਣੇ ਤੈਨੂੰ ਕਿਨਾ ਚੋਨੀਆ ਦਵਾ ਮਾਂ ਮੰਗਦੀ ਲੁਕ ਲੁਕ ਕੇ ਵੇ ਤੈਨੂੰ ਨਾਸ ਤੋਂ ਨੀਆ ਤੂੰ ਖੁਸ਼ ਹੋਵੇਂ ਮੈਂ ਮਰ ਜਾਵਾ ਤੇ ਆਪਣਾ ਇਹੋ ਚਾਹੁੰਦਾ ਏ ਤੂੰ ਖੁਸ਼ ਹੋਵੇਂ ਮੈਂ ਮਰ ਜਾਵਾਂ ਤੇ ਅਬ ਲਾਏ ਗਾ ਚੋਦਾਏ ਮੇਰੇ ਮਰਨੇ ਤੇ ਰੋਵੇਂਗਾ ਵੇ ਜੋੰਦੇ ਨੋ ਰਵਨਾਏ ਮੇਰੇ ਮਰਨੇ ਤੇ ਰੋਵੇਂਗਾ ਵੇ ਜੋੰਦੇ ਨੋ ਰਵਨਾਏ ਬਹੁਤ ਵਧੀਆ ਸ਼ਾਨਾਜ਼ ਅ ਇੱਕ ਸਵਾਲ ਆ ਕਿ ਜਦੋਂ ਤੁਸੀਂ ਰਿਆਜ਼ ਕਰਦੇ ਹੋ ਗਾਣੇ ਕਿਵੇਂ ਯਾਦ ਕਰਦੇ ਹੋ ਕਿਉਂਕਿ ਸੁਣਨ ਨਾਲ ਤਾਂ ਕਹਿ ਸਕਦੇ ਆਂ ਕਈ ਵਾਰ ਲਿਖ ਕੇ ਵੇਖਣਾ ਕਿਉਂਕਿ ਉਹ ਚੀਜ਼ ਤੋਂ ਵੀ ਦਿੱਕਤ ਆਉਂਦੀ ਆ ਕਦੇ ਜੀ ਜੀ ਆਉਂਦੀ ਤਾਂ ਹੈਗੀ ਆ ਕਿ ਤਰ੍ਹਾਂ ਹੀ ਮੈਂ ਫੋਨ ਦੇ ਵਿੱਚ ਡੱਬੇ ਵਿੱਚ ਗਾਣੇ ਲਾ ਕੇ ਸੁਣਦੀ ਰਹਿੰਦੀ ਆ ਔਰ ਇਸ ਤਰ੍ਹਾਂ ਹੀ ਗਾਣੇ ਮਨ ਦਿਮਾਗ ਤੇ ਯਾਦ ਹੋ ਜਾਂਦੇ ਆ ਇਦਾਂ ਵਿੱਚ ਸੁਣਦੀ ਰਹਿਣੀ ਲਾ ਲਾ ਕਿਵੇਂ ਫੋਨ ਤੇ ਗੋਂਦੀ ਰਹਿੰਦੀ ਆ ਨਾ ਫਿਰ ਇਸ ਕਰਕੇ ਯਾਦ ਵੀ ਜਾਂਦੇ ਫੋਨ ਸੁਣ ਸੁਣ ਕੇ ਗਾਣੇ ਯਾਦ ਕਰਦੇ ਹੋ ਰਿ ਲਿਰਿਕਸ ਫੋਨ ਸੁਣ ਸੁਣ ਕੇ ਜਾਂਦੇ ਸ਼ਹਿਨਾਜ਼ ਦੇ ਜੋ ਪਿਤਾ ਜੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਜੀ ਤੁਹਾਡੀ ਬੇਟੀ ਗੌਂਦੀ ਬਹੁਤ ਵਧੀਆ ਵਾਇਸ ਆਫ ਪੰਜਾਬ ਦੇ ਵਿੱਚ ਵੀ ਗਏ ਨੇ ਤਾਂ ਤੁਸੀਂ ਦੱਸੋ ਕਿ ਕਿਵੇਂ ਜੋ ਕਿਉਂਕਿ ਜੇ ਗੱਲ ਕਰ ਲਈਏ ਤਾਂ ਜਦੋਂ ਸ਼ਹਿਨਾਜ਼ ਹੋਈ ਸੀ ਜਾਂ ਉਦੋਂ ਤੋਂ ਹੀ ਜੋ ਜੋ ਅੱਖਾਂ ਦੀ ਪ੍ਰੋਬਲਮ ਹੈਗੀ ਸੀਗੀ ਉਹ ਨਹੀਂ ਪ੍ਰੋਗਰਾਮ ਜੀ ਜਿਉਂ ਜਰਮ ਤੋਂ ਬੜੀ ਜਗ੍ਹਾ ਨੂੰ ਦਿਖਾਇਆ ਗਿਆ ਉਹ ਕਹਿੰਦੇ ਗਾੜੀ ਰੋਸ਼ਨੀ ਨਹੀਂ ਹੈ ਜਦੋਂ ਗੱਲ ਕਰੀਏ ਕਿ ਜਦੋਂ ਅੱਖਾਂ ਤੋਂ ਚਲੋ ਕਹਿ ਸਕਦੇ ਰੱਬ ਵੱਲੋਂ ਮਾਰ ਪਈ ਹੈ ਪਰ ਜੋ ਤੁਹਾਨੂੰ ਪਤਾ ਲੱਗਾ ਕਿ ਤੁਹਾਡੀ ਕੁੜੀ ਵੌਇਸ ਆਫ ਪੰਜਾਬ ਦੇ ਵਿੱਚ ਗਈ ਆ ਮਾਸਟਰ ਸਲੀਮ ਉਹਨਾਂ ਨੂੰ ਮਿਲਿਆ ਜਾਂ ਹੋਰ ਵੀ ਗਾਇਕਾਂ ਨੂੰ ਮਿਲਿਆ ਤੇ ਗਾਣੇ ਵੀ ਆ ਰਹੇ ਤੇ ਕਿੰਨਾ ਕਮਾਂਡ ਫਕਰ ਮਹਿਸੂਸ ਹੋਇਆ ਬੜਾ ਜਿਆਦਾ ਮਨ ਆਇ ਉਸੇ ਗਈ ਪਹਿਲੀ ਵਾਲੀ ਗਈ ਸਾਡੀ ਲੜਕੀ ਉਹਨਾਂ ਨੇ ਬੜਾ ਇਤਿਹਾਸ ਬੜਾ ਪੈਰ ਮੁਹੱਬਤ ਦੀ ਹੈ ਲੜਕੀ ਦੀ ਤਾਂ ਉਹਨਾਂ ਨੇ ਤਗੜੀ ਇਨ ਇਤਿਹਾਸ ਦਿੱਤੀ ਆ 2000 ਰੁਪਏ ਬੱਚੀ ਨੂੰ ਨਾਮ ਹੀ ਦਿੱਤਾ ਗਿਆ ਇਹਨੂੰ ਤੇ ਭਾਈ ਉਹਨਾਂ ਨੇ ਬੜੀ ਸੁਗਾ ਟਿਕਟੋਕ ਨੂੰ ਦਿੱਤੀ ਦੇ ਬਾਅਦ ਵਿੱਚ ਪਾਂਪਰਾਗ ਨਹੀਂ ਸ਼ਾਦਾ ਕਰਾਂਗੇ ਸਾਹਨ ਅਜ ਤੁਰ ਆਈ ਕਰ ਤੇ ਅਸੀਂ ਮੱਤ ਕਰਾਂਗੇ ਜਿਹਨੂੰ ਨਾ ਪਰਾ ਪਰਾ ਮੇਰੇ ਗਾ ਇਹ ਅਰਦਾਸ ਹੈ ਕਿ ਉਹ ਭਰਾਂਗੇ ਦਾਸ ਹੈ ਮੇਰੀ ਕਿ ਮੈਂ ਲਟਕੀ ਮੱਤ ਕਰਨ ਸੰਦੋਲ ਖਮਦ ਬਡਾਲੀ ਜਿੰਨੇ ਵੀ ਕਲਾਕਾਰ ਨੇ ਪਾਣਾ ਭਰਾ ਮੇਰੇ ਸਾਬ ਦੀ ਗਰੀਬ ਬੰਦੇ ਆ ਕਿ ਜੋ ਵੀ ਖਦਾ ਦੀ ਕੜੀ ਲਿਖਿਆ ਭਰਾ ਕੋ ਸਾਡੀ ਮੱਤ ਕਰ ਸਕਦੇ ਨਾ ਐਨੋ ਦਿਖਦਾ ਨਾ ਮਾਰਾ ਮੈਨੂੰ ਅੱਖਾਂ ਨੂੰ ਦਿਖਦਾ ਐਨੀ ਪਰੇਸ਼ਾਨ ਕਰ ਵਜੇ ਰੋਟੀ ਮਿਲਦੀ ਕੱਟ ਖਾ ਲਈ ਸੀ ਇਹ ਤਾਂ ਨਹੀਂ ਸਾਡੇ ਤੁਸੀਂ ਕੀ ਘਰ ਕਿਵੇਂ ਚਲਾਣੇ ਹੋ ਘਰ ਚਲਾਣ ਚ ਕੀ ਮਤਲਬ ਕੰਮ ਕਰਕੇ ਕਰਦੇ ਘਰ ਚ ਚਲਾਉਣਾ ਦਾੜੀ ਲਾ ਲਈ ਕਿਸੇ ਕਹਦਾ ਮੰਗਣ ਚੱਲ ਜਾਈਂ ਆਪਣਾ ਗਿਆ ਕਰਨ ਉਹ ਤਾਂ ਕਰ ਚਲਾਉਣੇ ਮਾਰਿਆ ਕਦੀ ਕੋਈ ਕੋਈ ਆਪਣੀ ਕਰਿਆ ਕਰਨ ਮਾਰਿਆ ਕੀ ਕਰਕੇ ਨਹੀਂ ਬਰਨ ਨਾ ਉਹ ਕਾਰੋਬਾਰੀ ਨਾ ਉਹ ਮਾਰਾ ਸਾਡਾ ਕੋਈ ਨਾਸ ਦੇ ਉੱਤੇ ਮਾਣਿਆ ਤੁਹਾਨੂੰ ਕਿ ਕੁੜੀ ਨੇ ਨਾ ਰੋਸ਼ਨ ਕਰੀ ਆ ਬੜਾ ਮਾਣਿਆ ਜੀ ਇਹ ਪਾਸ ਪੜਾ ਨੂੰ ਮਤ ਦੇਸੋ ਇਹ ਮਤ ਕਰਨ ਇਨੂੰ ਗਾਂਹ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨ ਉਹਨਾਂ ਪਾਣਾ ਵੀਰਾਂ ਗਾੜੀ ਬੜੀ ਅਰਦਾਸ ਆ ਤੁਹਾਡੇ ਆਪਰਾ ਗਾੜੀ ਬਰਦਾਸ ਆ ਕਿ ਚਲੋ ਕਿ ਕਰਨੀ ਆ ਧੀ ਨੂੰ ਪਰਮਾਤਮਾ ਗਾੜੀ ਅਰਦਾਸ ਤੁਸੀਂਾਂ ਦੀ ਤੁਹਾਡੇ ਗਾੜੀ ਵਿੱਚ ਪਾਈ ਕਿ ਜੀ ਮਰ ਚ ਕੀਤੀ ਜਾਵੇ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇਹ ਸਨ ਸ਼ੈਨਾਜ਼ ਦੇ ਪਿਤਾ ਜੀ ਤੇ ਉਹਨਾਂ ਵੱਲੋਂ ਵੀ ਇੱਕੋ ਜੋ ਅਪੀਲ ਕੀਤੀ ਗਈ ਆ ਕਿ ਜਿਹੜੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਜ਼ਰੂਰ ਇਸ ਭੈਣ ਨੂੰ ਜ਼ਰੂਰ ਗਾਂਹ ਤੱਕ ਲੈ ਕੇ ਜਾਇਆ ਜੇ ਅਗਰ ਫਾਈਨੈਂਸ਼ਲੀ ਵੀ ਜੀ ਜੀ ਅਨਾਉਂਸ ਨੋਸ਼ਨ ਅਗ ਪਿਆਰ ਵਾਲੀ ਸੀਨੇ ਵਿੱਚ ਲਾਈ ਅਗ ਪਿਆਰ ਵਾਲੀ ਸੀਨੇ ਵਿੱਚ ਲਾਈ ਮੈਨੂ ਰੱਖ ਦਿੱਤਾ ਕਰਕੇ ਸੁਧਾਈ ਵੇਡੋਲਾ ਤੇਰੇ ਇਸਕੇ ਨੇ ਗਏ ਵੇਡੋਲਾ ਤੇਰੇ ਇਸਕੇ ਨੇ ਅਗ ਪਿਆਰ ਵਾਲੀ ਸੀਨੇ ਵਿੱਚ ਲਾਈ ਗੱਲਾਂ ਗੱਲਾਂ ਵਿੱਚ ਗੋਰੇ ਕੀ ਕੁਝ ਕਹਿ ਜਵੇਂ ਐਨਾ ਮਿੱਠਾ ਬੋਲਦਾ ਏ ਜਾਨ ਕਾ ਦਿਲ ਲਾ ਜਵੇਂ ਗੱਲਾਂ ਗੱਲਾਂ ਵਿੱਚ ਗੋਰੇ ਕੀ ਕੁਝ ਕਹਿ ਜਵੇਂ ਐਨਾ ਮਿੱਠਾ ਬੋਲਦਾ ਏ ਜਾਨ ਕਾ ਦਿਲ ਲਾ ਜਵੇਂ ਮੈਨੂੰ ਅਜ ਤੱਕ ਸਮਝ ਨਾ ਆਈ ਮੈਨੂੰ ਅੱਜ ਤੱਕ ਸਮਝ ਨਾ ਆਈ ਮੈਨੂੰ ਅੱਜ ਤੱਕ ਸਮਝ ਨਾ ਆਈ ਬੇਡੋਲਾ ਤੇਰੇ ਇਸਕੇ ਨੇ ਗਏ ਬੇਡੋਲਾ ਤੇਰੇ ਇਸਕੇ ਨੇ ਅਗ ਪਿਆਰ ਵਾਲੀ ਸੀਨੇ ਵਿੱਚ ਲਾਈ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਕਿਵੇਂ ਜੋ ਇਸ ਭੈਣ ਦੀ ਆਵਾਜ਼ ਕਿੰਨੀ ਵਧੀਆ ਤਾਂ ਜ਼ਰੂਰ ਇੱਕ ਆਸ ਕਰਦੇ ਹਾਂ ਕਿ ਜਿਹੜੇ ਵੀ ਦਰਸ਼ਕ ਜੋ ਨੇ ਇਹ ਵੀਡੀਓ ਦੇਖ ਰਹੇ ਨੇ ਤਾਂ ਜ਼ਰੂਰ ਇਸ ਭੈਣ ਦੀ ਮਦਦ ਵੀ ਕਰਨਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਣਾ ਸੁਪਨਾ ਜੋ ਹੈ ਉਹ ਸਕਾਰ ਕਰ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸ਼ਨ ਸੁਨਗ ਜਗਵਾਨੀ ਟੀਵੀ ਅੰਮ੍ਰਿਤਸਰ